ਮਿਲਾਨ ਵਿਖੇ ਬੀਤੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਹੁਣ ਨਾਰਥ ਇਟਲੀ ਵਿਖੇ ਬੀਤੀ ਸ਼ਾਮ ਤੋਂ ਹੋ ਰਹੀ ਹਲਕੀ بارش ਦੇ ਨਾਲ ਮੌਸਮ ਦੇ ਮિજાਜ ਬਦਲਣ ਕਾਰਨ ਗਰਮੀ ਤੋਂ ਰਾਹਤ ਮਹਿਸੂਸ ਹੋ ਰਹੀ ਹੈ ਨਾਰਥ ਇਟਲੀ 'ਚ ਲਗਾਤਾਰ بارش ਦੇ ਨਾਲ ਪਾਰੀ ਤੂਫਾਨ ਅਤੇ ਗੜੇਮਾਰੀ ਵੀ ਹੋ ਰਹੀ ਹੈ ਜਿਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਇਸ ਕਰਕੇ ਸੜਕਾਂ 'ਤੇ ਦਰਖਤ ਡਿੱਗਣ ਕਾਰਨ ਜਿੱਥੇ ਆਵਾਜਾਈ ਦੇ ਵਿੱਚ ਵਿਘਨ ਪੈ ਰਿਹਾ ਉੱਥੇ ਦਰਖਤਾਂ ਹੇਠ ਖੜੇ ਅਨੇਕਾਂ ਵਾਹਨ ਵੀ ਨੁਕਸਾਨੇ ਗਏ ਹਨ